ਵਿਰੋਧੀ ਤਰੱਕੀ ਕਰਨਗੇ ਕਿੰਤੂ ਪਰੰਤੂ ਕਰ ਜੋਗੀ ਹੈ। ਪਹਿਲਾਂ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ, ਵਧੀਆ ਹੋ ਰਿਹਾ, ਲੋਕ ਖੁਸ਼ ਨੇ, ਵਿਰੋਧੀ ਨਹੀਂ ਖੁਸ਼ ਹੋਏ। ਪੰਜਾਬੀ ਗਾਇਕ ਅਤੇ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਅਤੇ ਇਸ ਮੌਕੇ ਉਹਨਾਂ ਸਰਬੱਤ ਦੇ ਭਲੇ ਦੀ ਵੀ ਅਰਦਾਸ ਕੀਤੀ ਅਤੇ ਇਸੇ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉਹਨਾਂ ਵਿਰੋਧੀ ਧਿਰ ਬਾਰੇ ਕੀ ਬਿਆਨ ਦਿੱਤਾ ਇਹ ਵੀ ਤੁਹਾਨੂੰ ਸੁਣਾਉਂਦੇ ਹਾਂ। ਵਾਹਿਗੁਰੂ ਸ਼ੁਕਰਾਨਾ ਕਰਨਾ ਹੈ ਸੱਚੇ ਪਾਤਸ਼ਾਹ ਜੀ, ਡਿਊਟੀ ਲਈ ਇੱਕ ਨਵੀਂ ਰਾਜਨੀਤੀ ਆਏ ਆ, ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ, ਪਹਿਲਾਂ ਵੀ ਕੁਛ ਚਾਲ ਪਿਆਰ ਦਿੱਤਾ, ਅੱਜ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਇੱਕ ਡਿਊਟੀ ਲੱਗੀ ਆ, ਵਿਧਾਇਕ ਬਣੇ ਆ, ਪਰਮਾਤਮਾ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ, ਉਹਨਾਂ ਦੇ ਆਸ਼ੀਰਵਾਦ ਸਦਕਾ ਬਸ ਸ਼ੁਕਰਾਨਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਵੀ ਦਾਤਿਆ ਵੱਲੋਂ ਬੜੀ ਕਿੰਤੂ ਪਰੰਤੂ ਕੀਤੀ ਜਾਂਦੀ ਆਮ ਆਦਮੀ ਪਾਰਟੀ ਦੇ ਹਰ ਕੰਮ ਦੇ ਵਿੱਚ। ਉਹ ਵਿਰੋਧੀ ਤਰੱਕੀ ਕਰਨਗੇ ਕਿੰਤੂ ਪਰੰਤੂ ਕਰ ਜੋਗੀ ਆ, ਪਹਿਲਾਂ ਪੰਜਾਬ ਦਾ ਬੇੜਾ ਗਰਕ ਕਰਤਾ ਇਹਨਾਂ ਨੇ, ਪਤਾ ਲੱਗਦਾ ਪਿੰਡਾਂ ਜਾ ਕੇ ਵੀ ਕੀ ਹਾਲ ਕੀਤਾ, ਲੱਗੇ ਪਏ ਆ, ਵਾਅਦੇ ਪੂਰੇ ਕਰੀ ਜਾਂਦੇ ਆ, ਬਿਜਲੀ ਦਾ ਵਾਅਦਾ ਪੂਰਾ ਕਰਤਾ, ਆ ਪੈਨਸ਼ਨਾਂ ਵਾਲਾ ਕਿੰਨੇ ਖੁਸ਼ ਨੇ ਮੁਲਾਜ਼ਮ, 60 ਸਾਲ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਕੀ ਕਰਦੇ, ਵਧੀਆ ਹੋ ਰਿਹਾ, ਲੋਕ ਖੁਸ਼ ਨੇ, ਵਿਰੋਧੀ ਨਹੀਂ ਖੁਸ਼ ਹੋਏ। ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।